नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को। ਸੇਵਾ ਸਿੰਘ ਸੇਖਵਾਂ ਪਿੰਡ ਜੀ ਦੇ ਗੁਰਮੀਤ ਕੌਰ, ਇਹਨੇ ਟੀਕੇ ਲਾਉਂਦਾ ਰਿਹਾ ਵਾ, ਗੋਲੀਆਂ ਵੀ ਖਾਂਦਾ ਰਿਹਾ, ਟੀਕੇ ਵੀ ਲਾਉਂਦਾ ਰਿਹਾ ਵਾ ਇਹ। ਅਤੇ ਜਾਨੀ ਬਥੇਰਾ ਅਸੀਂ ਕਹਿੰਦੇ ਰਹੇ ਚਲੋ ਨਹੀਂ, ਪਰ ਜਿਹੜੇ ਲਾਉਣ ਵਾਲੇ ਉਹਨਾਂ ਦਾ ਪਰ ਭਲਾ ਨਹੀਂ ਹੋਣਾ, ਜਿੰਨਾ ਮੇਰੇ ਪੁੱਤ ਨਸ਼ਿਆਂ ਦੇ ਲਾਤੇ, ਉਹਨਾਂ ਦਾ ਕਿਤੇ ਛੱਡ ਗਏ ਇਕੱਲੇ। ਨਸ਼ਾ ਭਾਅ ਜੀ ਪਿੰਡ 'ਚ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਸੀ, ਸਾਨੂੰ ਕਿਤੇ ਪਤਾ ਹੀ ਨਹੀਂ ਲੱਗਦਾ। ਇਹ 3-4 ਸਾਲ ਹੀ ਉਹ ਚੱਲੇ ਸੀ, ਜਦੋਂ ਜ਼ਿਆਦਾ ਵੱਧ ਗਿਆ ਉਦੋਂ ਸਾਨੂੰ ਪਤਾ ਲੱਗਾ। ਬਥੇਰਾ ਕਹਿੰਦੇ ਰਹੇ ਹਾਂ ਅਤੇ ਨਸ਼ਾ ਦੂਜਾ ਨਹੀਂ, ਕਿੱਥੋਂ ਲੈ ਕੇ ਆਉਂਦਾ ਕਿਤੇ ਭਾਅ ਜੀ। ਬੜਾ ਸਾਡੇ ਪਿੰਡ ਦੇ ਵਿੱਚ ਥਾਣਾ ਵਾ, ਕੋਈ ਕਾਰਵਾਈ ਥਾਣੇ ਵਾਲਿਆਂ ਵੀ ਨਹੀਂ ਕੀਤੀ ਵੀ, ਅਤੇ ਬਥੇਰਾ ਰੌਲੀ ਪਾਉਂਦੇ ਰਹੇ। ਜਦੋਂ ਮੇਰਾ ਦੂਜਾ ਬੇਟਿਆ ਇੱਦਾਂ ਹੋਏ, ਮੈਂ ਉਦੋਂ ਵੀ ਕਿਹਾ ਸੀ ਮੈਂ ਮੀਡੀਆ ਵਾਲਿਆਂ ਨੂੰ ਸੱਦ ਕੇ ਆਪਣੀ ਵੀ ਬਣਾਉਣੀ ਆ, ਮੇਰੇ ਘਰ ਆਹ ਚਾਂਸ ਹੋਇਆ ਵਾ। ਉਹਦਾ ਪਿੰਡ ਵਾਲੇ ਨਹੀਂ ਮੰਨੇ ਹੈਗੇ ਵੀ, ਮੈਰਕਾ ਅੱਕ ਕੇ ਕਿਹਾ ਮੈਰਕਾ ਸੱਦਣੇ ਆ, ਮੇਰੇ ਘਰ ਦਾ ਕੁਛ ਨਹੀਂ ਰਿਹਾ ਹੈਗਾ ਵੀ, ਮੈਂ ਤਾਂ ਕਦੇ ਇੰਨੀ ਗਰੀਬੀ ਆ ਮੇਰੇ 'ਤੇ। ਹਾਂਜੀ, 2 ਬੱਚੇ ਆ ਛੋਟੇ ਛੋਟੇ। ਪਤਾ ਨਹੀਂ, ਨਸ਼ੇ ਦਾ ਨਹੀਂ ਪਤਾ ਭਾਅ ਜੀ ਲੱਗਾ। ਹਾਂਜੀ, ਉਹਨੂੰ ਸਾਲ ਹੋਇਆ ਭਾਅ ਜੀ, ਸਾਲ ਬਾਅਦ ਇੱਦਾਂ ਹੋ ਗਿਆ। ਇਹਨੇ ਟੀਕਾ ਦੂਜਾ ਨਹੀਂ ਬਾਂਹ 'ਚ ਹੀ ਲਾਉਂਦਾ ਰਿਹਾ ਵਾ, ਇਹ ਤੇ ਦੂਜਾ ਨਹੀਂ, ਕਈ ਵਾਰੀ ਤਾਂ ਬਾਹਰ ਹੀ ਲਾ ਆਉਂਦਾ ਹੁੰਦਾ ਸੀ, ਕਈ ਵਾਰੀ ਘਰ ਜੇ ਕਿਤੇ ਇਹਨੇ ਲਾਉਣੇ ਤਾਂ ਅਸੀਂ ਇਹਨੂੰ ਆਖਣਾ ਨਾ ਲਾ, ਸਾਡੇ ਨਾਲ ਗਾੜੀ ਆਖਣਾ ਤੁਸੀਂ ਮੈਨੂੰ ਕਹਿੰਦੀਆਂ ਹੀ ਹੋ, ਤੇਰਾ ਘਰ ਦੀ ਨੇ ਵੀ ਖਿੱਚਣਾ ਤੂੰ ਨਾ ਇਹ ਕਿਉਂ ਕਰਨਾ ਇੱਦਾਂ ਨਸ਼ਾ। ਨਹੀਂ ਫੜਿਆ ਨਹੀਂ ਗਿਆ ਕਿਤੇ, ਨਹੀਂ ਕੋਈ ਪੁਲਿਸ ਨੇ ਕਾਰਵਾਈ ਪਿੰਡ 'ਚ ਕੀਤੀ ਨਹੀਂ ਭਾਅ ਜੀ। ਕਹਿੰਦੇ ਪੁਲਿਸ ਸਿਰ 'ਤੇ ਕਾਰਵਾਈ ਕੋਈ ਕਰਦੀ ਨਹੀਂ ਗੀ, ਨਸ਼ੇ 'ਤੇ ਕੋਈ ਕਾਰਵਾਈ ਨਹੀਂ ਇੱਥੇ ਹੁੰਦੀ ਵੀ। ਸਾਡੀ ਕੋਈ ਨਾ ਕੋਈ ਇਹ ਹੱਲ ਹੋਣਾ ਚਾਹੀਦਾ ਵਾ, ਇਹ ਪਿੰਡ ਦੇ ਵਿੱਚੋਂ ਨਸ਼ਾ ਬੰਦ ਹੋਣਾ ਚਾਹੀਦਾ। ਮੈਂ ਤਾਂ ਗਵਾਲੇ 2 ਪੁੱਤ, ਕਿਤੇ ਲੋਕਾਂ ਦੇ ਪੁੱਤਾਂ ਦੀ ਜ਼ਿੰਦਗੀ ਬਾਜੇ ਪਿੰਡ ਦੇ ਵਿੱਚੋਂ ਕਿਤੇ। ਇਹ ਜੀ ਮੇਰਾ ਭਣੇਵਾ ਲੱਗਦਾ ਸੀ, ਗੱਲਬਾਤ ਇਹੋ ਜਿਹੀ, ਚਿੱਟੇ ਦੇ ਟੀਕੇ ਲਾਉਂਦਾ ਰਿਹਾ ਵਾ, 3 ਸਾਲ ਹੋ ਚੱਲੇ ਸੀ ਲਾਉਂਦੇ ਨੂੰ, ਬਹੁਤ ਜ਼ਿਆਦਾ ਮਤਲਬ ਇਸ ਪਿੰਡ ਵਿੱਚ ਨਸ਼ਾ ਚੱਲਣ ਡਿਆ ਵਾ, ਕੋਈ ਇਸ ਪਿੰਡ ਵਿੱਚ ਕੋਈ ਰੋਕਥਾਮ ਨਹੀਂ ਇਸ ਨਸ਼ੇ ਦੀ। ਅਤੇ ਇਹਨੇ ਵੀ ਚਲੋ ਇਹਦੇ ਤਾਂ ਪੁੱਤ ਵਿਚਾਰੀ ਦੇ ਗਰੀਬਣੀ ਦੇ ਮਰ ਗਏ ਆ, ਅਤੇ ਲੋਕਾਂ ਦੇ ਬਚ ਜਾਣ। ਹਾਂਜੀ ਲਾਗੇ ਠਾਣਾ ਵਾ ਜੀ, ਨਹੀਂ ਜੀ ਇਹਨਾਂ ਨਹੀਂ ਕੀਤੀ, ਕੀ ਪਤਾ ਵਿਚਾਰੀਆਂ ਡਰਦੀਆਂ ਨੇ ਨਹੀਂ ਕੀਤੀ ਜੇ ਕੀ ਹਿਸਾਬ ਕਿਤਾਬ ਇਹਨਾਂ ਦਾ। ਹੁਣ ਇਹਨਾਂ ਨੂੰ ਇਹ ਵੀ ਇਨਸਾਫ ਚਾਹੀਦਾ ਵਿਚਾਰੀਆਂ ਨੂੰ, ਇਹ ਵੀ ਗਰੀਬਣੀਆਂ ਨੇ ਬੱਚੇ ਕਿਤਨਾ ਪਾਲਣੇ, ਕੋਈ ਇਹਨਾਂ ਦਾ ਘਰ ਨਹੀਂ ਬਾਹਰ ਨਹੀਂ ਇਹਨਾਂ ਦਾ, ਆਹ ਕੋਠੇ ਵੇਖੋ ਜੀ ਇਹਨਾਂ ਦੇ ਡਿੱਗਣ ਡਏ ਆ, ਕਿੱਥੇ ਇਹਨਾਂ ਰਹਿਣਾ ਵਾ, ਉਹਦੀ ਵੀ ਇਹਨੇ ਟੀਕਿਆਂ ਨਾ ਹੋਈਏ ਜੀ। ਕੁਲਵਿੰਦਰ ਸਿੰਘ ਨਾਂ ਇਹਦਾ, ਇਹ ਭਾਅ ਜੀ ਚਿੱਟੇ ਦੇ ਟੀਕੇ ਲਾਉਂਦਾ ਸੀ, ਇੱਥੇ ਕੋਈ ਕਾਰਵਾਈ ਨਹੀਂ ਹੈਗੀ, ਮਤਲਬ ਸਾਰੇ ਪਿੰਡ ਦੇ ਵਿੱਚ ਵੀ ਚਿੱਟਾ ਵੇਖਦਾ, ਇੱਥੇ ਕੋਈ ਕਾਰਵਾਈ ਨਹੀਂ ਕਰਦਾ ਹੈਗਾ। ਇਹ ਪਹਿਲਾਂ ਇੱਕ ਛੋਟਾ ਮਰਿਆ ਸੀ, ਇੱਕ ਉਹ ਵੀ ਚਿੱਟੇ ਨਾਲ ਹੀ ਮਰਿਆ, ਟੀਕੇ ਲਾ ਲਾ ਕੇ ਚਿੱਟੇ ਦੇ।
ਇਹ ਵੀ ਚਿੱਟੇ ਨਾਲ ਹੀ ਮਰਿਆ ਵਾ, ਤਾਂ ਕੋਈ ਕਾਰਵਾਈ ਨਹੀਂ ਹੋਣੀ ਹੈ। ਇਹਦਾ ਇਕੱਲਾ ਹੀ ਪੁੱਤ ਇਹੋ ਰਹਿ ਗਿਆ ਸੀ, ਇਹ ਵੀ ਗਿਆ ਜੇ, ਆਹ ਦੋ ਬੱਚੇ ਜੇ ਆ ਵੇਖ ਲਓ ਛੋਟੇ ਛੋਟੇ, ਆਹ ਜੀ ਘਰ ਦੀ ਆ। ਅਤੇ ਨਾ ਇਹਨਾਂ ਬਾਰੇ ਕੁਛ ਸੋਚੋ, ਅਤੇ ਨਾਲੇ ਪਿੰਡ ਦੇ ਵਿੱਚ ਆ ਬੰਦ ਹੋਏ, ਕੋਈ ਕਾਰਵਾਈ ਮਤਲਬ ਇੱਥੇ ਹੁੰਦੀ ਨਹੀਂ ਚਿੱਟੇ 'ਤੇ, ਮਤਲਬ ਮਨ 'ਤੇ ਕਾਰਵਾਈ ਨਹੀਂ ਕੋਈ ਹੁੰਦੀ। ਪੁਲਿਸ ਨੂੰ ਕੀਤੀ ਨਹੀਂ, ਮਤਲਬ ਕਰਨਾ ਚਾਹੁੰਦੇ ਹਾਂ, ਪਰ ਕਹਿੰਦੇ ਇਹਦੇ ਵਿੱਚ ਚਿੱਟੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ, ਤਾਂ ਅਸੀਂ ਗਏ ਨਹੀਂ ਮੁੜ ਕੇ। ਪਿੰਡ 'ਚ ਹੀ ਥਾਣਾ ਵਾ, ਸ਼ਰੇਆਮ ਵਿਕਦਾ ਵਾ ਇੱਥੇ। ਮੰਗ ਇਹੋ ਕਰਨੀ ਕਿ ਬੰਦ ਹੋਣਾ ਚਾਹੀਦਾ ਵਾ, ਬਾਕੀ ਤਾਂ ਬਚ ਜਾਣ। ਚਲੋ ਇਹ ਤਾਂ ਹੁਣ ਗਏ ਦੋਵੇਂ, ਇਹਨਾਂ ਦਾ ਇਹੋ ਬੱਚਾ ਸੀਗਾ, ਇਹ ਵੀ ਗਿਆ, ਇਹੋ ਰਹਿ ਗਿਆ ਜੀ। ਇੱਦਾਂ ਹੀ ਵਿਕਦਾ ਕਿ ਸੜਿਆ ਵਿਕਦਾ, ਤੇ ਤਾਂ ਹੀ ਲਾਉਣ ਡੇ ਇਹਨਾਂ ਕਰਦੇ ਆ, ਨਹੀਂ ਤੇ ਕਿੱਥੋਂ ਕੁੜੀ ਆ। ਗੋਲੀਆਂ ਗਾਲੀਆਂ ਵੀ ਬੜੀਆਂ ਇੱਥੇ ਵਿਕਦੀਆਂ ਵਾ ਸੜਿਆਮ, ਲੋਕਾਂ ਨੇ ਧੰਦੇ ਬਣਾਏ ਆ, ਬਿਜ਼ਨਸ ਕਰਨ ਡੇ ਆ, ਕੋਈ ਕਾਰਵਾਈ ਨਹੀਂ ਹੋਣ ਡਈ।